बिस्मिल्लाहिर्रहमानिर्रहीम। आल पाकिस्तान शौक शिकार ना तलक रखने वाले बेली और पूरी दुनिया च शिकारी भाइयों नू अस्सलाम अलैकुम। मेरे प्यारे भाइयों, आज रिकॉर्ड ही टुट गया। आज जुमातुल मुबारक, आज प्रोग्राम दी छुट्टी सी, लेकिन एक एमरजेंसी आर्डर आया जनाब काला नंबरदार जनाब सरदार कैसर भाई दे बेली आल पाकिस्तान पाक इतिहाद ग्रुप सदर सरदार इमरान सरदार कामरान रावलाकोट वीरां दे वीर बेलियो, अज छुट्टी करन दा प्रोग्राम सी जुमा करके कि अज प्रोग्राम नहीं लाना, लेकिन पाकिस्तान ਸ਼ੌਕ ਸ਼ਿਕਾਰ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰਾ ਯੂਟਿਊਬ ਚੈਨਲ ਅਸਦ ਗਿਲਾਨੀ ਤੁਹਾਨੂੰ ਐਸੀ ਐਸੀ ਇਨਫੋਰਮੇਸ਼ਨ ਮਾਲੂਮਾਤ ਮੁਹੱਈਆ ਕਰੇਗਾ ਜਿਹੜੀ ਤੁਹਾਨੂੰ ਪਹਿਲੇ ਕਦੀ ਅੱਜ ਤੱਕ ਕਿਸੇ ਨੇ ਇੱਦਾਂ ਦੀ ਮਾਲੂਮਾਤ ਨਹੀਂ ਫਰਾਹਮ ਕੀਤੀ ਹੋਏਗੀ। ਕਿਤੇ ਮੇਰੇ ਤੋਂ ਵੀ ਭੁੱਲ ਹੋ ਜਾਂਦੀ ਹੈ, ਮਾਲਕਾਂ ਤੋਂ ਵੀ ਜਿਹੜੇ ਮੈਨੂੰ ਪ੍ਰੋਗਰਾਮ ਦਿੰਦੇ ਹੈ ਕੋਈ 19-20 ਹੋ ਜਾਂਦੀ ਹੈ 7 ਜਾਣ ਬੁੱਝ ਕੇ ਨਹੀਂ। ਅਤੇ ਕੋਈ ਬੇਲੀ ਇਸ ਗੱਲ ਦਾ ਇਹ ਨਾ ਮਤਲਬ ਲਵੇ ਕਿ ਮੈਂ ਸ਼ਾਇਦ ਨੰਬਰ ਬਣਾ ਰਿਹਾ ਜਾਂ ਮੈਂ ਕੋਈ ਚੌਧਰ ਬਣਾ ਰਿਹਾ, ਐਸੀ ਕੋਈ ਗੱਲ ਨਹੀਂ। ਸਾਰੇ ਤੁਸੀਂ ਮੇਰੇ ਬਹੁਤ ਪਿਆਰੇ ਭਾਈ ਹੋ। ਅੱਜ ਪਾਕਿਸਤਾਨ ਦੀ ਤਾਰੀਖ 'ਚ ਇੱਕ ਅਨੋਖਾ ਕੰਮ ਹੋ ਗਿਆ, ਉਹਦਾ ਪ੍ਰੋਗਰਾਮ ਲੈ ਕੇ ਆਇਆ। ਵਟਸਐਪ 'ਤੇ ਫੇਸਬੁੱਕ 'ਤੇ ਧੁੰਮਾਂ ਤਾਂ ਪੈ ਗਈਆਂ, ਲੇਕਿਨ ਉਹਦੀ ਸਟੋਰੀ ਉਹਦੀ ਗੱਲਬਾਤ ਦੱਸਣੀ ਬਣਦੀ ਹੈ ਨਾ ਜਨਾਬ। ਥੋੜ੍ਹੀ ਦੇਰ ਪਹਿਲੇ ਕਾਲਾ ਨੰਬਰਦਾਰ ਮੋਹਤਰਮ ਵੀਰ ਨਾਲ ਗੱਲ ਹੋਈ, ਉਹਨਾਂ ਨੇ ਦੱਸਿਆ ਜੀ ਕਿ ਮੈਂ ਕੁੱਤਾ ਲਿਆ ਹੈ ਪੋਮੀ 2, ਮੈਨੂੰ ਗਿਫਟ ਹੋ ਗਿਆ। ਪਾਕਿਸਤਾਨ ਦੀ ਤਾਰੀਖ ਦਾ ਬਾਡੀ ਵਾਈਜ਼ ਕੱਦ ਵਾਈਜ਼ ਸਭ ਤੋਂ ਬੜਾ ਜਾਨਵਰ 10 ਲੱਖੀਆ ਕਿੰਗ ਕੌਂਗ ਦਿੱਤੇ ਨੰਬਰਦਾਰ ਵਾਲਾ ਪੋਮੀ 2 ਜਾਂ ਮਲਕ ਅੱਲਾ ਦਿੱਤੇ ਖੋਖਰ ਵਾਲਾ ਲਾਰਾ, ਯਾਨੀ ਇਸ ਮਿਆਰ ਦਾ ਟੌਪ 10 ਨੰਬਰ 1 ਡੌਗ ਪੋਮੀ 2 ਉਹ ਜਨਾਬ ਕਾਲਾ ਨੰਬਰਦਾਰ ਭਾਈ ਨੂੰ ਸਰਦਾਰ ਕੈਸਰ ਭਾਈ ਨੂੰ ਮੋਹਤਰਮ ਨੂੰ ਅੱਜ ਗਿਫਟ ਹੋ ਗਿਆ ਜੀ 25 ਲੱਖ ਰੁਪਏ ਦਾ। ਕਿਆ ਬਾਤ ਹੈ ਬੇਲੀਓ, ਪਾਕਿਸਤਾਨ ਦੀ ਤਾਰੀਖ ਦਾ ਰਿਕਾਰਡ ਕੀਮਤੀ ਕੁੱਤਾ ਰਿਕਾਰਡ ਟੁੱਟ ਗਿਆ ਜੀ ਅੱਜ। ਪੋਮੀ 2 ਕੱਕਾ ਪੀਲਾ, ਹਾਈਟ ਕੱਦ 33 ਇੰਚ, ਇਸ ਟਾਈਮ ਉਮਰ 3.25 ਸਾਲ ਜਾਂ 3.5 ਸਾਲ ਅਤੇ ਡਬਲ ਬਾਡੀ ਬੇਲੀਓ। 2 ਮੈਚ ਲੜਿਆ, ਦੋਨਾਂ ਦੀ ਤਫਸੀਲ ਹਾਜ਼ਰੇ ਖਿਦਮਤ ਹੈ। ਪਹਿਲਾ ਮੈਚ ਪਾਕ ਫਰੈਂਡ ਗਰੁੱਪ ਰਾਜਾ ਬਰਾਦਰਾਨ ਜਨਾਬ ਉਹਨਾਂ ਦੀ ਤਰਫੋਂ ਲੜਿਆ ਸੀ ਜੀ, ਅਤੇ ਮੁਗਸੀਆਂ ਵਾਲੇ ਕੁੱਤੇ ਨਾਲ ਲੜਿਆ ਜੀ। ਪਾਕ ਫਰੈਂਡ ਗਰੁੱਪ ਦੀ ਤਰਫੋਂ ਮੁਗਸੀਆਂ ਵਾਲਾ ਕੁੱਤਾ ਲੜਿਆ ਸੀ, ਉਹਦੇ ਨਾਲ ਜਨਾਬ ਲੜਿਆ ਸੀ ਪੋਮੀ 2, ਅਤੇ ਮੁਗਸੀ ਬਰਾਦਰਾਂ ਦਾ ਜਿਹੜਾ ਕੁੱਤਾ ਸੀ ਮਸਤੂ, ਉਹਦੀ 34 ਇੰਚ
ਹਾਈਟ 34 ਇੰਚ। ਬੱਲੇ ਬੱਲੇ ਬੱਲੇ, ਪਾਕਿਸਤਾਨ ਦੇ 2 ਸਭ ਤੋਂ ਬੜੇ ਕੁੱਤੇ ਲੜੇ, ਲੰਬੇ ਜਾ ਕੇ ਲੜੇ, ਲੇਕਿਨ ਕੌਮੀ ਜਿੱਤ ਗਿਆ ਮਸਤੂ ਤੋਂ, ਮੁਗੱਸੀਆਂ ਵਾਲੇ ਤੋਂ। ਇੱਕ ਨੇ ਤਾਂ ਜਿੱਤਣਾ, ਇੱਕ ਨੇ ਹਾਰਨਾ ਬੇਲੀਓ। ਇਹ ਪਹਿਲਾ ਮੈਚ ਸੀ, ਪਾਕ ਸ਼ਹੀਨ ਗਰੁੱਪ ਦੀ ਤਰਫੋਂ ਲੜਿਆ ਸੀ ਕੌਮੀ ਟੂ ਦਾ ਮੁਕਾਬਲਾ, ਪਾਕ ਫਰੈਂਡ ਗਰੁੱਪ, ਫਰੈਂਡ ਗਰੁੱਪ ਦੀ ਤਰਫੋਂ ਲੜਿਆ ਸੀ ਮਸਤੂ ਮੁਗੱਸੀਆਂ ਵਾਲਾ। 16-17 ਮਿੰਟਾਂ 'ਤੇ ਜਾ ਕੇ ਮੁਕਾਬਲਾ ਖਤਮ ਹੋਇਆ ਸੀ, ਕੌਮੀ ਟੂ ਜਿੱਤ ਗਿਆ ਸੀ। ਜਨਾਬੇ ਅਲੀ, ਦੂਸਰਾ ਮੈਚ ਕੌਮੀ ਟੂ ਦਾ ਪਿਛਲੇ ਸਾਲ, ਜਨਾਬੇ ਅਲੀ, ਆਲ ਪਾਕਿਸਤਾਨ ਪਾਕ ਸ਼ਹੀਨ ਗਰੁੱਪ ਦੀ ਤਰਫੋਂ। ਇਹ ਗਾਂਢੀ ਵੀ ਹੋਇਆ ਕੌਮੀ ਟੂ, ਲੇਕਿਨ ਉੱਥੇ ਫਿਰ ਕੁੱਤਾ ਬਦਲ ਕੇ ਗਾਂਢੀ ਹੋਰ ਹੋ ਗਿਆ, ਇਹ ਕੁੱਤਾ ਸ਼ਾਇਦ ਕੋਈ ਠੀਕ ਨਹੀਂ ਸੀ। ਬਾ ਮੁਕਾਬਲਾ ਪਾਕ ਇਤਿਹਾਦ ਗਰੁੱਪ, ਡਾਕਟਰ ਖਾਲਦ ਭਾਈ ਜਾਨ, ਮਲਕ ਜਮਸ਼ੇਦ ਅਲਤਾਫ, ਰਈਸ ਆਜ਼ਮ ਨੂਰਪੁਰ ਖੁੰਡਾ। ਇਹ ਮੈਚ ਵੀ ਨੂਰਪੁਰ ਖੁੰਡੇ ਹੋਇਆ ਸੀ, NPA ਸਾਹਿਬ ਦੇ ਡੇਰੇ 'ਤੇ। ਜਨਾਬੇ ਅਲੀ, ਉੱਥੇ ਮੁਕਾਬਲਾ ਹੋਇਆ ਸੀ 18 ਮਿੰਟ। ਅੱਗਿਓਂ ਜਿਹੜਾ ਕੁੱਤਾ ਲੱਗਾ ਸੀ ਡਾਕਟਰ ਖਾਲਦ ਭਾਈ ਜਾਨ ਦੇ ਗਰੁੱਪ ਦੀ ਤਰਫੋਂ, ਉਹ ਮਲਿਕ ਅਨੈਤ ਖੋਖਰ ਵਾਲਾ ਕੁੱਤਾ ਲੱਗਿਆ ਸੀ, ਰਈਸ ਆਜ਼ਮ ਜੰਗ। ਅਤੇ ਮਲਿਕ ਅਨੈਤ ਖੋਖਰ ਵਾਲਾ ਜਿਹੜਾ ਸੀ, ਬਹੁਤ ਬੜੀ ਬਲੱਡ ਲਾਈਨ ਦਾ ਮਾਲਿਕ ਸੀ, ਬਹੁਤ ਬੜਾ ਕੁੱਤਾ ਸੀ, ਹਮਾਇਓਂ ਸੇਰੂ ਵਾਲਾ ਉਹਦਾ ਸ਼ੀਣਾ ਕੁੱਤਾ, ਉਹਦਾ ਬੱਚਾ ਸੀ ਜੀ ਮਲਿਕ ਅਨੈਤ ਖੋਖਰ ਵਾਲਾ। ਅਤੇ ਹਮਾਇਓਂ ਸੇਰੂ ਵਾਲੇ ਵਾਲਾ ਕਿਹੜੇ ਦਾ ਬੱਚਾ ਸੀ, ਕਿਆ ਬਾਤ ਹੈ ਜੀ। ਮੀਆਂ ਅਖਤਰ ਰਾਂਧੂ ਮਰਹੂਮ, ਉਹਨਾਂ ਨੇ ਸ਼ੌਕ ਸ਼ਿਕਾਰ ਦੀ ਬਲੱਡ ਲਾਈਨ ਦੇ ਪਾਕਿਸਤਾਨ 'ਚ ਬੜੇ ਨਾਂ ਬਣਾਏ ਜੀ। ਮੀਆਂ ਅਖਤਰ ਰਾਂਧੂ ਸਾਹਿਬ ਦੇ ਕੋਈ ਬੇਲੀ ਕੋਈ ਅਜ਼ੀਜ਼ ਸਨ ਡੇਰੇ, ਡੇਰਾ ਗਾਜ਼ੀ ਖਾਨ। ਉਹਨਾਂ ਨੂੰ ਉਹਨਾਂ ਨੇ ਇੱਕ ਬਹੁਤ ਅੱਛਾ ਜਾਨਵਰ ਦਿੱਤਾ ਸੀ, ਉਹਦਾ ਨਾਂ ਹੀ ਪੈ ਗਿਆ ਸੀ ਡੇਰੇ ਵਾਲਾ। ਡੇਰੇ ਵਾਲੇ ਦਾ ਬੱਚਾ ਹਮਾਇਓਂ ਸੇਰੂਆਣੇ ਦਾ ਸ਼ੀਣਾ, ਹਮਾਇਓਂ ਸੇਰੂਆਣੇ ਵਾਲੇ ਸ਼ੀਣੇ ਦਾ ਬੱਚਾ ਮਲਿਕ ਅਨੈਤ ਖੋਖਰ ਵਾਲਾ ਸ਼ੀਣਾ, ਕਿਆ ਬਾਤ ਹੈ ਜੀ। ਅਤੇ ਮਲਿਕ ਅਨੈਤ ਖੋਖਰ ਵਾਲਾ ਬਹੁਤ ਬੜੀ ਬਲੱਡ ਲਾਈਨ ਸੀ ਮਾਂ ਦੀ ਤਰਫੋਂ, ਕਿੰਗ ਪੱਪੂ ਦੀ ਧੀ ਦਾ ਬੱਚਾ ਸੀ ਜੀ ਅਨੈਤ ਖੋਖਰ ਵਾਲਾ, ਬਹੁਤ ਚੰਗਾ ਕੁੱਤਾ ਸੀ ਔਰ ਬੜੀ ਗੇਮ ਹੋਈ, ਲੇਕਿਨ ਕੌਮੀ ਟੂ ਨੇ ਵਿਨ ਕਰ ਲਿਆ ਸੀ ਜੀ 17-18 ਮਿੰਟਾਂ 'ਤੇ ਜਾ ਕੇ ਨੂਰਪੁਰ ਖੁੰਡੇ। ਇਹ 2 ਮੈਚ ਕੌਮੀ ਟੂ ਦੇ, ਦੋਨੋਂ ਹੀ ਕੌਮੀ ਟੂ ਨੇ ਵਿਨ ਕੀਤੇ। ਜੀਓ ਚੌਧਰੀ, ਸੁਲਤਾਨ ਮਹਿਮੂਦ ਜੋਸਨ, ਰਈਸ ਆਜ਼ਮ ਰਹੀਮ ਯਾਰ ਖਾਨ। ਲਓ ਬੇਲੀਓ, ਤੁਸੀਂ ਕੌਮੀ ਟੂ ਦੀ ਤਸਵੀਰ ਦੇਖੋ, ਵੀਡੀਓ ਦੇਖੋ, ਗੱਡੀ 'ਚ ਬੈਠਾ ਜਾ ਰਿਹਾ ਜੀ ਇਸਲਾਮਾਬਾਦ। ਜੀਓ ਸਰਦਾਰ ਕੈਸਰ ਭਾਈ ਜਾਨ, ਕਾਲਾ ਨੰਬਰਦਾਰ ਭਾਈ ਜਾਨ, ਸਰਦਾਰ ਇਮਰਾਨ ਭਾਈ ਜਾਨ, ਛਾ ਗਏ ਹੋ ਪਾਕਿਸਤਾਨ ਦੀ ਤਾਰੀਖ, ਰਿਕਾਰਡ ਕਾਇਮ ਕਰ ਦਿੱਤਾ ਜੀ ਤੁਸੀਂ, ਤੁਹਾਡੀ ਅਜ਼ਮਤ ਨੂੰ ਸਲਾਮ। ਬਹੁਤ ਪਾਕਿਸਤਾਨ ਦਾ ਬੜਾ 1 ਨੰਬਰ ਟੌਪ 10 ਕੁੱਤਾ ਗਿਫਟ ਕਰਕੇ ਜਾ ਰਹੇ ਹੋ, ਗਿਫਟ ਲੈ ਕੇ ਜਾ ਰਹੇ ਹੋ, ਅੱਲਾ ਮੁਬਾਰਕ ਕਰੇ। ਲਓ ਦੇਖੋ ਜੀ ਕੌਮੀ ਟੂ ਦੀ ਗੱਡੀ 'ਚ ਬੈਠੇ ਦੀ ਜਾਂਦੇ ਦੀ ਵੀਡੀਓ, ਬਲੱਡ ਲਾਈਨ ਆ ਕੇ ਦੱਸਾਂਗਾ। ਪੌਮੀ 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 ਅਗਲੇ ਸ਼ੀਸ਼ੇ ਲਾ ਲੈ।
ਬੇਲੀਓ ਅਤੇ ਸੱਜਣੋ, ਮੈਂ ਅਸਦ ਗਿਲਾਨੀ ਟੀ ਵੀ ਚੈਨਲ ਦੀ ਤਰਫੋਂ ਹਾਜ਼ਰੇ ਖਿਦਮਤ, ਜਿਹੜੇ ਭਾਈਆਂ ਨੇ ਮੇਰਾ ਯੂਟਿਊਬ ਚੈਨਲ ਅਸਦ ਗਿਲਾਨੀ ਸਬਸਕ੍ਰਾਈਬ ਕੀਤਾ, ਬੈਲ ਆਈਕਨ ਦਬਾਈ, ਉਹਨਾਂ ਨੂੰ ਤਾਂ ਡੇਲੀ ਇੱਕ ਨਵਾਂ ਪ੍ਰੋਗਰਾਮ ਮਿਲ ਰਿਹਾ ਦੇਖਣ ਨੂੰ। ਜਿਹੜੇ ਭਾਈਆਂ ਨੇ ਮੇਰਾ ਯੂਟਿਊਬ ਚੈਨਲ ਅਸਦ ਗਿਲਾਨੀ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਭਾਈਆਂ ਨੂੰ ਦਰਖਾਸਤ ਹੈ ਕਿ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ, ਤਾਂ ਕਿ ਡੇਲੀ ਇੱਕ ਨਵਾਂ ਪ੍ਰੋਗਰਾਮ ਤੁਹਾਨੂੰ ਮਿਲ ਸਕੇ। ਲਓ ਜੀ, ਪੋਮੀ ਟੂਬ ਦੀ ਬਲੱਡ ਲੈਨ। ਇੱਕ ਕੁੱਤਾ ਲੜਿਆ ਸੀ ਨੌ ਲੱਖੀਏ ਨਾਂ ਜਨਾਬੇ ਅਲੀ ਅਮੀਨ ਕਾਠੀਏ ਵਾਲਾ, ਉਹਦਾ ਨਾਂ ਸੀ ਨਿੱਬੂ। ਨਿੱਬੂ ਲੜਿਆ ਸੀ ਨੌ ਲੱਖੀਏ ਦੇ ਨਾਲ, ਅਤੇ ਨਿੱਬੂ ਸਾਵੇ ਦਾ ਸਾਵਾ ਉਹਦਾ ਬੱਚਾ ਜੀ। ਪੋਮੀ ਟੂ ਦਾ ਪਿਓ ਪੋਮੀ ਵਨ, ਅਤੇ ਪੋਮੀ ਵਨ ਦਾ ਪਿਓ ਨਿੱਬੂ ਅਮੀਨ ਕਾਠੀਏ ਵਾਲਾ, ਜਿਹੜਾ ਨੌ ਲੱਖੀਏ ਨਾਲ ਲੜਿਆ ਸੀ ਜਨਾਬ। ਅਤੇ ਜਨਾਬ ਪੋਮੀ ਟੂ ਦੀ ਮਾਂ ਸਾਈਡ ਬਲੱਡ ਲੈਨ ਜਨਾਬੇ ਅਲੀ ਖਾਨ ਸਾਹਿਬ ਵਾਲਾ ਨਾਗੀ, ਜਿਹੜਾ ਗੋਜਰੇ ਲੜਿਆ ਸੀ ਮੁਸ਼ਤਾਕ ਅਵਾਮੀ ਵਾਲੇ ਡੇਂਜਰ ਨਾਲ, ਅਤੇ ਡੇਂਜਰ ਵਧਿਆ ਸੀ ਜੀ। ਅਤੇ ਨਾਗੀ ਦੀ ਧੀ ਦਾ ਬੱਚਾ ਜੀ, ਨਾਗੀ ਦੀ ਧੀ ਅਤੇ ਪੋਮੀ ਵਨ ਕ੍ਰਾਸ ਹੋਇਆ। ਪੋਮੀ ਵਨ ਨਿੱਬੂ ਦਾ ਬੱਚਾ ਸੀ ਅਮੀਨ ਕਾਠੀਏ ਵਾਲੇ ਦਾ, ਅਤੇ ਨਾਗੀ ਦਾ ਦੋਤਰਾ ਮਾਂ ਸਾਈਡ ਨਾਗੀ ਦੀ ਧੀ ਦਾ ਬੱਚਾ ਪੋਮੀ ਟੂ, ਜਿਹੜਾ ਅੱਜ ਗਿਫਟ ਹੋ ਗਿਆ। ਬਹੁਤ ਬੜੀ ਬਲੱਡ ਲੈਨ ਜੀਓ ਕਾਲਾ ਨੰਬਰਦਾਰ ਜੀਓ ਸਰਦਾਰ ਕੈਸਰ ਭਾਈ ਜਾਨ ਬਿਸਮਿਲਾ ਅਸਲਾਮ ਅਲੈਕਮ ਜੀ। ਜੀਓ ਸਰਦਾਰ ਇਮਰਾਨ ਭਾਈ ਜਾਨ, ਮੇਰੇ ਬੇਲੀਆਂ ਨੂੰ ਅੱਜ ਦੀ ਵੀਡੀਓ ਪਸੰਦ ਆਏਗੀ। ਅਗਲੀ ਵੀਡੀਓ ਤੱਕ ਇਜਾਜ਼ਤ। ਪਾਕਿਸਤਾਨ ਜਿੰਦਾਬਾਦ। ਪਾਕਿਸਤਾਨ ਦੇ ਅੱਜ ਰਿਕਾਰਡ ਟੁੱਟ ਗਿਆ ਬੇਲੀਓ।